सियासत व्यापार खेडां ते फिल्म जगत दे नाल देश दुनिया दी हर वड्डी खबर दे लई हुणे डाउनलोड करो देश दी नंबर वन न्यूज ऐप दैनिक सवेरा टाइम्स। ਜਿਹੜੀ ਜੱਟ ਦੀ ਗੇਦ ਹੁੰਦੀ ਆ ਜੀ, ਉਹ ਤੁਹਾਨੂੰ ਪਤਾ ਸਰ, ਉਹ ਜੱਟ ਆਪਣੀ ਆਈ ਤੇ ਆ ਜਾਏ ਤੇ ਕੁਝ ਵੀ ਕਰ ਸਕਦਾ। ਇਸ ਸਾਲ ਅਜਿਹੇ ਕੀ ਹਾਲਾਤ ਬਣ ਗਏ ਕਿ ਤੁਹਾਨੂੰ ਕਰੀਬ 3 ਗੁਣਾ ਮਹਿੰਗੀ ਜ਼ਮੀਨ ਠੇਕੇ ਤੇ ਲੈਣੀ ਪੈ ਗਈ। ਮੇਰੇ ਫਾਦਰ ਸਾਹਿਬ ਨੇ ਤੇ ਵੀ ਜ਼ਮੀਨ ਲੈਣੀ ਆ, ਜੋ ਮਰਜ਼ੀ ਹੋ ਜਾਏ। ਇਹ ਜ਼ਮੀਨ ਭਾਵੇਂ 9 ਲੱਖ ਤੱਕ ਵੀ ਚੱਲ ਜਾਂਦੀ, ਮੇਰੇ ਫਾਦਰ ਸਾਹਿਬ ਨੇ ਜ਼ਮੀਨ ਲੈਣੀ ਹੈ ਜੀ। ਅੜੀ ਉੱਤੇ ਆ ਜੱਟ ਛੱਡੇ ਇੰਚਣਾ, ਇਹ ਗਾਣੇ ਦੀ ਲਾਈਨ ਪੰਜਾਬ ਦੇ ਇਸ ਜੱਟ ਤੇ ਸਹੀ ਟੁਕਦੀ ਹੈ, ਜਿਸਨੇ ਅੜੀ ਤੇ ਆ ਕੇ ਪਿੰਡ ਦੀ ਪੰਚਾਇਤੀ ਜ਼ਮੀਨ ਕਰੀਬ 3 ਗੁਣਾ ਮਹਿੰਗੀ ਠੇਕੇ ਤੇ ਲਈ। ਗੁਰਦਾਸਪੁਰ ਦੇ ਪਿੰਡ ਆਲੋਵਾਲ ਦੀ 5.5 ਕਿੱਲੇ ਪੰਚਾਇਤੀ ਜ਼ਮੀਨ ਜੋ ਪਿਛਲੇ ਸਾਲ 2,32,000 ਚ ਗਈ ਸੀ, ਇਸ ਵਾਰ ਇਹੀ ਜ਼ਮੀਨ ਇਸ ਜੱਟ ਨੇ ਅੜੀ ਤੇ ਆ ਕੇ 6 ਲੱਖ ਚ 1 ਸਾਲ ਲਈ ਠੇਕੇ ਤੇ ਲਈ। ਆਖਿਰ ਕਿਉਂ ਅੜੀ ਇਸ ਜੱਟ ਦੀ ਕਰਾਰੀ, ਜਾਣਦੇ ਆ ਉਸ ਦੀ ਹੀ ਜ਼ੁਬਾਨੀ। ਹਾਂਜੀ ਮਹਾਂਵੀਰ ਸਿੰਘ ਜੀ, ਤੁਹਾਡੇ ਪਿੰਡ ਜਿਹੜੀ ਜ਼ਮੀਨ ਆ ਇੱਕ ਬੋਲੀ ਹੋਈ ਉਹਦੀ 6 ਲੱਖ ਰੁਪਏ ਦੇ ਕਰੀਬ, ਇਹ ਕਿੰਨੀ ਜ਼ਮੀਨ, ਕੀ ਪੂਰਾ ਮਾਮਲਾ ਇੱਕ ਵਾਰੀ ਦੱਸੋਗੇ? ਸਰ ਇਹ ਜਿਹੜੀ ਸਾਡੇ ਪਿੰਡ ਦੀ ਪੰਚਾਇਤ ਦੀ ਜ਼ਮੀਨ ਆ ਜੀ, ਇਹ 5 ਕਿੱਲੇ ਤੇ 5 ਕਰਾੜਾ ਜ਼ਮੀਨ ਜੀ। ਇਹ ਸਰ ਮੇਰੇ ਫਾਦਰ ਸਾਹਿਬ 35 ਸਾਲ ਤੋਂ ਜ਼ਮੀਨ ਵਾਹ ਰਹੇ ਆ ਜੀ, ਤੇ ਐਰਕਾ ਸਾਡੇ ਪਿੰਡ ਜੇਦਬਾਜੀ ਜੀ ਬੰਦੇ ਜੇਦਬਾਜੀ ਚ ਰਲ ਗਏ, ਉਹ ਅਸੀਂ ਕੱਲੇ ਹਰ ਵਾਰੀ ਜ਼ਮੀਨ ਵਾਹੁੰਦੇ ਆ ਜੀ। 35 ਸਾਲ ਤੋਂ ਮੇਰੇ ਫਾਦਰ ਸਾਹਿਬ ਕੱਲੇ ਜ਼ਮੀਨ ਵਾਹ ਰਹੇ ਆ। ਉਹ ਬੰਦੇ 14-15 ਬੰਦੇ ਜ਼ਮੀਨ ਰਲ ਕੇ ਚਾਹੁੰਦੇ ਸੀ ਵੀ ਅਸੀਂ ਲੈਣੀ ਆ ਜੀ, ਠੀਕ ਆ ਜੀ, ਪਰ ਮੇਰੇ ਫਾਦਰ ਸਾਹਿਬ ਨੇ ਉਹਨਾਂ ਨੂੰ ਜ਼ਮੀਨ ਨਹੀਂ ਲੈਣ ਦਿੱਤੀ ਜੀ। ਮੇਰੇ ਫਾਦਰ ਸਾਹਿਬ ਦੀ ਜੇਦ ਹੀ ਵੀ ਇਹ ਜ਼ਮੀਨ 35 ਸਾਲ ਤੋਂ ਮੈਂ ਵਾਹ ਰਿਹਾ ਤੇ ਮੈਂ ਹੀ ਅਰਕਾ ਮਾਉਣੀ ਆ। ਜਿਹੜੀ ਜੱਟ ਦੀ ਜੇਦ ਹੁੰਦੀ ਆ ਜੀ, ਉਹ ਤੁਹਾਨੂੰ ਪਤਾ ਫਿਰ, ਉਹ ਜੱਟ ਆਪਣੀ ਆਈ ਤੇ ਆ ਜਾਏ ਤੇ ਕੁਝ ਵੀ ਕਰ ਸਕਦਾ ਜੀ। ਇਹ ਪਹਿਲਾਂ ਜਿਹੜੀ ਪਿਛਲੇ ਸਾਲ, ਇਸ ਸਾਲ 6 ਲੱਖ ਰੁਪਏ ਦੀ ਤੁਸੀਂ ਕਹਿ ਰਹੇ ਹੋ ਵੀ 6 ਲੱਖ ਰੁਪਏ ਦੀ ਇਹ ਠੇਕਾ ਜਿਹੜਾ ਜ਼ਮੀਨ ਦਾ ਗਿਆ, ਇਹ ਪਿਛਲੇ ਸਾਲ ਜ਼ਮੀਨ ਦਾ ਠੇਕਾ ਕਿੰਨਾ ਸੀ? ਇਹ ਪਿਛਲੇ ਸਾਲ ਜ਼ਮੀਨ ਦਾ ਠੇਕਾ ਜੀ 2,34,000 ਰੁਪਇਆ ਠੇਕਾ ਸੀ ਜੀ। ਇਸ ਸਾਲ ਅਜਿਹੇ ਕੀ ਹਾਲਾਤ ਬਣ ਗਏ ਕਿ ਤੁਹਾਨੂੰ ਇਹ 2-3 ਗੁਣਾ ਕਰੀਬ 3 ਗੁਣਾ ਮਹਿੰਗੀ ਜ਼ਮੀਨ ਪੈ ਗਈ? ਕੀ ਗੱਲ ਵੀ ਪਹਿਲਾਂ ਇਹ ਜ਼ਮੀਨ ਜਦੋਂ ਬੋਲੀ ਹੁੰਦੀ ਸੀ ਉਦੋਂ ਵੀ ਤਾਂ ਲੋਕ ਬੋਲੀ ਦਿੰਦੇ ਹੋਣਗੇ, ਉਦੋਂ ਵੀ ਧੜੇਬਾਜ਼ੀ ਹੁੰਦੀ ਹੋਊਗੀ ਪਿੰਡ, ਇਸ ਸਾਲ ਅਜਿਹੇ ਕੀ ਹਾਲਾਤ ਬਣ ਗਏ ਕਿ ਤੁਹਾਨੂੰ ਕਰੀਬ 3 ਗੁਣਾ ਮਹਿੰਗੀ ਜ਼ਮੀਨ ਠੇਕੇ ਤੇ ਲੈਣੀ ਪੈ ਗਈ? ਵੇਖੋ ਜੀ, ਜਦੋਂ ਜੱਟ ਕੀ ਤੇ ਘੱਟ ਕੀ, ਇਹ ਜਦੋਂ ਜੱਟਾਂ ਦੇ ਵਿੱਚ ਅਣਬਣ ਬਣ ਜੇ ਜੀ, ਠੀਕ ਹੈ ਜੀ, ਪਿੰਡ ਦੀਆਂ ਜੇਦਬਾਜ਼ੀਆਂ ਹੋ ਜਾਣ ਜੀ, ਫਿਰ ਤੁਹਾਨੂੰ ਪਤਾ ਜੋ ਮਰਜ਼ੀ ਹੋ ਜਾਏ, ਜੱਟ ਆਪਣੀ ਆਈ ਤੇ ਆ ਜਾਏ, ਕੁਝ ਵੀ ਕਰ ਸਕਦਾ ਜੀ। ਇਸ ਕਰਕੇ ਫਿਰ ਆਪਾਂ ਜ਼ਮੀਨ ਮੇਰੇ ਫਾਦਰ ਸਾਹਿਬ ਨੇ ਲਈ ਹੈ ਜ਼ਮੀਨ ਜੀ। ਮੇਰੇ ਫਾਦਰ ਸਾਹਿਬ ਕਹਿੰਦੇ ਸੀ ਵੀ ਜ਼ਮੀਨ ਲੈਣੀ ਆ ਜੋ ਮਰਜ਼ੀ ਹੋ ਜਾਏ ਜੀ, ਇਹ ਜ਼ਮੀਨ ਭਾਵੇਂ 9 ਲੱਖ ਤੱਕ ਵੀ ਚੱਲ ਜਾਂਦੀ, ਮੇਰੇ ਫਾਦਰ ਸਾਹਿਬ ਨੇ ਜ਼ਮੀਨ ਲੈਣੀ ਹੈ ਜੀ। ਠੀਕ ਹੈ, ਇਹ 35 ਸਾਲ ਤੋਂ ਤੁਸੀਂ ਲਗਾਤਾਰ ਵਾਧਦੇ ਆ ਰਹੇ ਹੋ ਜਿਹੜੀ ਪੰਚਾਇਤੀ ਜ਼ਮੀਨ ਦੀ? 35 ਸਾਲ ਤੋਂ ਲਗਾਤਾਰ ਮੇਰੇ ਪਾਪਾ ਵਾ ਰਹੇ ਜੀ ਜੀ। ਇਹ 6 ਲੱਖ ਰੁਪਏ ਦੀ ਤੁਸੀਂ ਜ਼ਮੀਨ ਠੇਕੇ ਤੇ ਲਈ ਆ, ਇਹ ਕਹਿੰਦੇ ਵੀ ਜੱਟ ਨੂੰ ਫਸਲ ਦੇ ਵਿੱਚ ਬਚਦਾ ਕੁਛ ਨੀ, ਜੇ ਤੁਸੀਂ ਕਰੀਬ 1,09,000 ਰੁਪਏ ਦੇ ਹਿਸਾਬ ਨਾਲ ਤੁਸੀਂ 1 ਕਿੱਲਾ ਲਿਆ, ਕਹਿੰਦੇ ਵੀ ਜੱਟ ਨੂੰ ਜ਼ਮੀਨ ਦੇ ਵਿੱਚ ਕੁਛ ਬਚਦਾ ਨੀ, ਇਹ ਕਿਵੇਂ ਹੋਏਗਾ ਪੋਸੀਬਲ? ਵੇਖੋ ਜੀ, ਇਹ ਤੇ ਪਰਮਾਤਮਾ ਦੇ ਹੱਥ ਵਸ ਆ ਜੀ, ਜੇ ਪਰਮਾਤਮਾ ਚਾਹੇ ਤੇ ਕੁਝ ਵੀ ਕਰ ਸਕਦਾ ਜੀ। ਵੇਖੋ ਜੀ, ਐਰਕਾਂ ਲਾਵਾਂਗੇ ਅਸੀਂ ਪਹਿਲਾਂ ਝੋਨਾ ਜੀ, 1509 ਲਾਵਾਂਗੇ, ਫਿਰ ਉਹਦੇ ਤੋਂ ਬਾਅਦ ਅਸੀਂ ਲਾਵਾਂਗੇ ਆਲੂ ਜੀ ਜੀ, ਆਲੂ ਤੋਂ ਬਾਅਦ ਲਾਵਾਂਗੇ ਵਿੱਚ ਮੂੰਗਰਾ ਜੀ ਜੀ, 3 ਫਸਲਾਂ ਜ਼ਮੀਨ ਦੇ ਵਿੱਚੋਂ ਕੱਢਾਂਗੇ ਜੀ ਜੀ। ਇੱਕ ਏਕੜ ਦੇ ਵਿੱਚ, ਇੱਕ ਮੈਨੂੰ ਥੋੜੀ ਜਿਹੀ ਗੱਲ ਦੱਸੋਗੇ ਵੀ ਇੱਕ ਏਕੜ ਦੇ ਵਿੱਚੋਂ ਇੱਕ ਕਿਸਾਨ ਨੂੰ ਕਿੰਨੀ ਕੁ ਬਚਤ ਹੋ ਜਾਂਦੀ ਹੈ, ਵੀ ਕਿੰਨੀ ਕੁ ਪੈਦਾਵਾਰ ਨਿਕਲ ਆਉਂਦੀ ਹੈ? ਵੇਖੋ ਜੀ, ਇਹ ਤੇ ਜੱਟ ਦੇ ਆਪਣੀ ਮਰਜ਼ੀ ਹੈ ਕਿਹੜੇ ਹਿਸਾਬ ਨਾਲ ਫਸਲ ਲਾਉਂਦਾ ਜੀ, ਜੱਟ 2 ਫਸਲਾਂ ਵੀ ਲੈਂਦੇ ਆ, ਕਈ 3 ਵੀ ਲੈ ਲੈਂਦੇ, ਕਈ 4 ਵੀ ਲੈ ਲੈਂਦੇ, 1 ਸਾਲ ਵਾਸਤੇ ਬੋਲੀ ਹੁੰਦੀ ਹੈ ਜੀ। ਪਹਿਲਾਂ ਅਸੀਂ ਝੋਨਾ ਲਾਵਾਂਗੇ, ਫਿਰ ਅਸੀਂ ਆਲੂ ਲਾਵਾਂਗੇ, ਫਿਰ ਮੂੰਗਰਾ ਲਾਵਾਂਗੇ ਜੀ। ਪਛਤਾਵਾ ਤਾਂ ਨੀ ਹੋ ਰਿਹਾ ਵੀ ਇੰਨੀ ਮਹਿੰਗੀ ਜ਼ਮੀਨ ਲੈ ਲਈ ਹੈ? ਨਹੀਂ ਜੀ ਨਹੀਂ, ਇੰਨੀ ਖੁਸ਼ੀ ਆ, ਪਰਮਾਤਮਾ ਨੇ ਇੰਨੀ ਖੁਸ਼ੀ ਬਖਸ਼ੀ ਆ ਜੀ, ਜਿਹੜੀ ਜੇਦ ਆ ਨਾ ਜੀ, ਉਹ ਫਾਦਰ ਸਾਹਿਬ ਦੀ ਜੇਦ ਰੱਬ ਨੇ ਪੂਰੀ ਕੀਤੀ ਆ। ਕੀ ਗੱਲ, ਮਤਲਬ ਪਹਿਲਾਂ ਅਜਿਹੇ ਹਾਲਾਤ ਨੀ ਬਣੇ ਕਦੇ, ਪਹਿਲਾਂ ਕਿਸੇ ਨੇ ਜਿੱਦਬਾਜ਼ੀ ਦੇ ਵਿੱਚ ਇੰਨੀ ਬੋਲੀ ਨੀ ਦਿੱਤੀ? ਮੈਨੂੰ ਲੱਗਦਾ ਵੀ ਸ਼ਾਇਦ ਇਹ ਪੰਜਾਬ ਦੇ ਵਿੱਚ ਹੀ ਸ਼ਾਇਦ ਇਹ ਸਭ ਤੋਂ ਮਹਿੰਗੀ ਜ਼ਮੀਨ ਹੋਵੇ ਜਿਹੜੀ ਤੁਸੀਂ ਪੰਚਾਇਤੀ ਜ਼ਮੀਨ ਜਿਹੜੀ ਠੇਕੇ ਤੇ ਲਈ ਇਸ ਸਾਲ। ਬਿਲਕੁਲ ਜੀ ਬਿਲਕੁਲ, ਪੰਜਾਬ ਚ ਪਹਿਲੇ ਨੰਬਰ ਤੇ ਪਿੰਡ ਆ ਜੀ, ਮੇਰੇ ਹਿਸਾਬ ਨਾਲ ਕੋਈ ਜ਼ਮੀਨ ਨੀ ਐਸੀ ਵੀ ਜਿਹਦਾ ਇੰਨਾ ਠੇਕਾ ਚੜਿਆ ਹੋਵੇਗਾ ਜੀ। ਇਹ ਜਿੱਦਬਾਜ਼ੀ ਇੱਕ ਜਾਂ ਜ਼ਮੀਨ ਨਾਲ ਪਿਆਰ ਆ ਕੁਛ ਵੀ ਜਿਹੜਾ ਤੁਸੀਂ ਇੰਨੀ ਮਹਿੰਗੀ ਜ਼ਮੀਨ ਵੀ ਲੈ ਲਈ? ਜ਼ਮੀਨ ਨਾਲ ਪਿਆਰ ਆ, ਵੇਖੋ 35 ਸਾਲ ਹੋ ਗਏ ਆ ਫਾਦਰ ਸਾਹਿਬ ਨੂੰ ਵਾਹੁੰਦਿਆਂ ਜ਼ਮੀਨ ਜੀ, ਜ਼ਮੀਨ ਨਾਲ ਪਿਆਰ ਹੋ ਚੁੱਕਾ ਜੀ, ਇਹ ਜ਼ਮੀਨ ਨਾਲ ਪਿਆਰ ਆ, ਬਹੁਤ ਜ਼ਿਆਦਾ ਜ਼ਮੀਨ ਨਾਲ ਪਿਆਰ ਆ, ਤਾਂ ਫਿਰ ਲਈ ਆ ਜੇ ਤੇ ਪਗਾਈ ਜੀ। ਤੁਸੀਂ ਕੁੱਲ ਕਿੰਨੇ ਕਿੱਲਿਆਂ ਦੀ ਖੇਤੀ ਕਰਦੇ ਹੋ ਵੈਸੇ? ਵੇਖੋ ਜੀ, ਕੁੱਲ ਖੇਤੀ ਸਾਡੀ ਆਪਣੀ ਜ਼ਮੀਨ ਤੇ ਜਿਹੜੀ ਘਰੋਂ ਆ, 5 ਕਿੱਲੇ ਜ਼ਮੀਨ ਮੈਨੂੰ ਘਰ ਦੀ ਮਾਲਕੀ ਆਈ ਸੀ, 12 ਕਿੱਲੇ ਇਹੋ ਜਿਹੇ ਜ਼ਮੀਨ ਆਪਾਂ ਬਣਾ ਲਈ ਆ ਜੀ,
ਤੇ ਅਸੀਂ ਜਿਹੜੇ ਠੇਕੇ ਵਾਲੀ ਪੈਲੀ ਨਾਲ ਲੈ ਕੇ 35 ਕਿੱਲੇ ਮੈਂ ਠੇਕੇ ਵਾਲੀ ਪੈਲੀ ਮਾਰ ਰਿਹਾ ਜੀ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਮਹਾਂਵੀਰ ਜੀ ਵੀਰੋ ਰਿਪੋਰਟ ਦੈਨਿਕ ਸਵੇਰਾ ਟੀਵੀ All World Open Challenge 17-time Gold Medalist Mia Rafiq Mohammed Pandit Maulvi Begum Tantrik Inna Chora Thagga To Saavdan Specialist Vashikaran Sitta Number Love Marriage Pati Patni Ch Anban Videsh Ch Pakka Hona Karobar Da Na Chalana Sirf 31 Ghantiyan Vich Samadhan Free Mia Rafiq Mohammed Mobile 84374 94647 84374 94648